सत श्री अकाल। चढ़दी कला टाइम टीवी न्यूज़ देखने वाले सारे दर्शकों का मैं राजविंदर कौर स्वागत करती हूँ। खबरों की शुरुआत तो पहला एक नज़र मार लेंगे सुर्खियों दे। श्री गोइंदवाल साहब की केंद्रीय जेल की वायरल वीडियो तो बाद पंजाब सरकार ते जेल विभाग की वड्डी कार्रवाई। सात अधिकारी किए गए मुअत्तल, पांच की हुई गिरफ्तारी। राष्ट्रपति को कौमी अवार्ड लेके वापिस परती महिला सरपंच का पिंड वासियों ने ढोल बजा के किया स्वागत। डेरा बाबा नानक तो वड्डी खबर, मेला चौला साहब विखे 19 साल नौजवान का किरचा मार के बेरहमी नाल कतल। अते हुण खबरां विस्थार दे नाल। केंद्रीय राजमंत्री सोम प्रकाश जिला कपूरथला प्रशासनिक कंपलैक्स पहुंचे, जिस दौरान केंद्रीय राजमंत्री ने केंद्र सरकार द्वारा लागू विकास से कल्याणकारी योजनावां की समीक्षा की। उन्हां पंजाब दी विगड़ी कानून व्यवस्था नूं लैके सीएम भगवंत मान नूं पत्र लिख के ऑल पार्टी मीटिंग बुलाउण दी मंग दे सवाल ते कहा कि ऑल पार्टी मीटिंग होनी चाहीदी है क्योंकि आप सरकार हर फ्रंट ते फेल साबित होई है। अजनाला हिंसा नूं लैके उन्हां ਪੰਜਾਬ ਵਿੱਚ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ। ਭਾਰਤੀ ਜਨਤਾ ਪਾਰਟੀ ਦੇ ਇਹ ਨਵੇਂ ਅਹੁਦੇਦਾਰ ਚੁਣੇ ਸੀ, ਉਹਨਾਂ ਦੀ ਵਰਚੁਅਲ ਮੀਟਿੰਗ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਬਹੁਤ ਅੱਛੇ ਮਿਹਨਤੀ ਲੋਕ ਨੇ, ਮੈਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਤੇ ਆਸ ਕਰਦਾ ਹਾਂ ਮੇਰੀ ਮਿਹਨਤ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਨਾਲ। ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋੜ ਮੇਲਾ ਚੋਲਾ ਸਾਹਿਬ ਵੇਖਣਗੇ ਪਿੰਡ ਹਰੂਵਾਲ ਦੇ ਨੌਜਵਾਨ ਰੁਪਿੰਦਰ ਸਿੰਘ ਦਾ ਨੌਜਵਾਨਾਂ ਨੇ ਕਿਰਚਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਮ੍ਰਿਤਕ ਨੌਜਵਾਨ ਰੁਪਿੰਦਰ ਸਿੰਘ ਦੇ ਭਰਾ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਸਿੰਘ ਨਾਲ ਮੇਲਾ ਵੇਖਣ ਗਿਆ ਸੀ। ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਉਸਦੇ ਭਰਾ ਰੁਪਿੰਦਰ ਸਿੰਘ ਨੂੰ ਕਿਰਚਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਹਨਾਂ ਆਪਣੇ ਭਰਾ ਨੂੰ ਕਲਾਨੌਰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਤਈ ਮੇਲੇ 'ਚ ਤੁਰਦੇ ਆਉਂਦੇ ਆ, ਪਿਤਾ ਦਾ ਨਾਮ ਬਲਬੀਰ ਸਿੰਘ ਜੀ, ਮੇਲੇ 'ਚ ਤੁਰਦੇ ਆਉਂਦੇ ਆ। ਕਿਹੜੇ ਮੇਲੇ ਤੋਂ? ਚੋਲਾ ਸਾਹਿਬ। ਚੋਲਾ ਸਾਹਿਬ ਦੇ ਮੇਲੇ ਤੋਂ ਦੋਨੇ ਭਰਾ ਤੁਰਦੇ ਆਉਂਦੇ ਆ ਤੇ ਆਉਂਦੇ ਆ। ਜੋਟ ਇੱਕ ਦਾ ਨਾਂ ਅਪਲੀ ਜੀ, ਇੱਕ ਦਾ ਨਾਂ ਕਮਾਂਡੋ ਆ, ਇੱਕ ਦਾ ਨਾਂ ਘੋਗਾ ਜੀ, ਤੇ ਦੋ ਹੋਰ ਤਿੰਨ ਨਾਲ, ਤਿੰਨ ਚਾਰ ਨਾਲ ਇਹਨਾਂ ਦੇ ਮੁੰਡੇ ਜੀ। ਉਹ ਸਿੱਧਾ ਮੇਰੇ ਭਰਾ ਦੇ ਆਣ ਕੇ ਗੱਲ ਪੈ ਗਈ। ਇਹਨਾਂ ਕੋਈ ਨਸ਼ੀਲੀ ਚੀਜ਼ ਉਹਦੇ ਢਿੱਡ 'ਚ ਮਾਰਤੀ, ਉਹ ਉਸੇ ਵੇਲੇ ਡਿੱਗ ਗਿਆ ਥੱਲੇ। ਮੁੜ ਕੇ ਮੈਂ ਆਪਣੇ ਤਾਏ ਚਾਚੇ ਨੂੰ ਫੋਨ ਕੀਤਾ, ਇਹ ਉਸੇ ਵੇਲੇ ਆਏ ਅਤੇ ਇਹਨਾਂ ਚੁੱਕ ਕੇ ਮੁੜ ਕੇ ਹਸਪਤਾਲ ਦਾਖਲ ਕਰਾਇਆ। ਅਤੇ ਮੁੜ ਆਉਂਦਿਆਂ ਹੀ ਉੱਥੇ ਵੀ ਮਤਲਬ ਵੀ ਖਤਮ ਹੋ ਗਈ ਉੱਥੇ ਕਹਾਣੀ, ਵੀ ਆਪਣੇ ਚੈੱਕ ਮਤਲਬ ਕਰਾਉਣ ਦਿਆਂ ਮਾਰਿਆ ਇੱਥੇ ਹੀ ਹਸਪਤਾਲ ਲਿਆਂਦਾ ਅਤੇ ਉਹਨਾਂ ਵੀ ਡਾਕਟਰ ਨੇ ਦੱਸਿਆ ਵੀ ਖਤਮ ਹੋ ਗਈ। ਹਿਮਾਚਲ ਦੇ ਮਨੀਕਰਨ ਸਾਹਿਬ ਵਿੱਚ ਕੁੱਟਮਾਰ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ, ਜਿੱਥੇ ਬੀਤੇ ਦਿਨੀ ਸਿੱਖ ਨੌਜਵਾਨਾਂ ਵੱਲੋਂ ਮਨੀਕਰਨ ਸਾਹਿਬ ਜਾਣ ਵਾਲੇ ਰਸਤੇ ਤੇ ਜਾਮ ਲਗਾ ਕੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਮਲੇ ਨੇ ਨਵਾਂ ਮੋੜ ਲਿਆ। ਸੂਤਰਾਂ ਤੋਂ ਪਤਾ ਚੱਲਿਆ ਕਿ ਮਨੀਕਰਨ ਸਾਹਿਬ ਵਿਖੇ ਸੈਲਾਨੀਆਂ ਤੇ ਜੋ ਹਮਲਾ ਹੋਇਆ ਉਹ ਪੰਜਾਬੀ ਸੈਲਾਨੀਆਂ ਨੇ ਨਹੀਂ ਸਗੋਂ ਸਥਾਨਕ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ, ਜਿਨ੍ਹਾਂ ਵੱਲੋਂ ਨੌਜਵਾਨਾਂ ਦੀ ਕੁੱਟਮਾਰ ਕਰਦੇ ਹੋਏ ਮੋਟਰਸਾਈਕਲ ਤੇ ਕਾਰਾਂ ਤੇ ਪਥਰਾਅ ਕੀਤਾ ਗਿਆ, ਜਿਸ ਦੌਰਾਨ ਕਈ ਪੰਜਾਬੀ ਨੌਜਵਾਨ ਗੰਭੀਰ ਜ਼ਖਮੀ ਹੋਏ। ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਇੱਕ ਵਾਰ ਮੁੜ ਸੁਰਖੀਆਂ ਵਿੱਚ ਆਈ ਹੈ। ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਪੰਜ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਦੱਸ ਦਈਏ ਕਿ ਬੀਤੇ ਦਿਨੀ ਜੇਲ੍ਹ ਅੰਦਰ ਬੰਦ ਇੱਕ ਸਚਿਨ ਭਿਵਾਨੀ ਨਾਮ ਦੇ ਗੈਂਗਸਟਰ ਤੇ ਹੋਰਨਾਂ ਗੈਂਗਸਟਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਹ ਵੀਡੀਓ ਗੈਂਗਵਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਵੱਲੋਂ ਬਣਾਈ ਗਈ ਸੀ, ਜਿੱਥੇ ਗੈਂਗਸਟਰ ਮਨਮੋਹਨ ਸਿੰਘ ਮੋਹਣਾ ਤੇ ਮਨਦੀਪ ਸਿੰਘ ਤੂਫਾਨ ਨੂੰ ਮਾਰਨ ਤੋਂ ਬਾਅਦ ਲਾਰੈਂਸ ਗਰੁੱਪ ਦੇ ਗੈਂਗਸਟਰ ਨੱਚਦੇ ਟੱਪਦੇ ਤੇ ਖੁਸ਼ੀ ਮਨਾਉਂਦੇ ਹੋਏ ਇਸ ਵੀਡੀਓ ਅੰਦਰ ਸਾਫ਼ ਦਿਖਾਈ ਦੇ ਰਹੇ ਨੇ। ਕੋਲ ਹੀ ਮ੍ਰਿਤਕ ਗੈਂਗਸਟਰਾਂ ਦੀਆਂ ਲਾਸ਼ਾਂ ਪਈਆਂ ਨੇ ਤੇ ਪੁਲਿਸ ਕਰਮਚਾਰੀ ਵੀ ਇਸ ਵਾਇਰਲ ਵੀਡੀਓ ਵਿੱਚ ਖੜੇ ਦਿਖਾਈ ਦੇ ਰਹੇ ਨੇ। ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਜੇਲ੍ਹ ਵਿਭਾਗ ਵੱਲੋਂ ਸੱਤ ਅਧਿਕਾਰੀ ਮੁਅੱਤਲ ਕੀਤੇ ਗਏ। ਮੁਅੱਤਲ ਕੀਤੇ ਅਧਿਕਾਰੀਆਂ ਸੰਬੰਧੀ ਜੇਲ੍ਹ ਵਿਭਾਗ ਦੇ IG ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਪੰਜ ਅਧਿਕਾਰੀਆਂ ਨੂੰ ਮਾਣਯੋਗ ਸਿਵਲ ਕੋਰਟ ਖਡੂਰ ਸਾਹਿਬ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੰਜ ਨੂੰ ਜ਼ਮਾਨਤ ਦਿੱਤੀ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਲਿਫਟ ਵਿੱਚ ਦੋ ਨੌਜਵਾਨਾਂ ਵਿੱਚ ਬਹਿਸ ਹੋ ਗਈ। ਲਿਫਟ ਦਾ ਦਰਵਾਜ਼ਾ ਖੁੱਲ੍ਹਣ ਦੇ ਬਾਅਦ ਵੀ
ਦੋਵੇਂ ਨਹੀਂ ਰੁਕੇ ਤੇ ਲੜਦੇ ਲੜਦੇ ਬਾਹਰ ਆ ਗਏ। ਇਸੇ ਦੌਰਾਨ ਕੋਲ ਖਰਾਬ ਪਈ ਲਿਫਟ ਦੇ ਦਰਵਾਜ਼ੇ ਨਾਲ ਟਕਰਾਏ ਤੇ ਦੋਵੇਂ ਹੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗੇ। ਇਸ ਦੌਰਾਨ ਇੱਕ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕ ਦਾ ਨਾਂ ਰਾਜਵੀਰ ਸਿੰਘ ਹੈ ਤੇ ਉਹ ITBP ਦਾ ਜਵਾਨ ਹੈ, ਜਦੋਂ ਕਿ ਜ਼ਖਮੀ ਨੌਜਵਾਨ ਦੀ ਪਛਾਣ ਸਤਿੰਦਰ ਸਿੰਘ ਵਜੋਂ ਹੋਈ ਹੈ। ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ ਤੇ ਕਾਰਪੈਂਟਰ ਦਾ ਕੰਮ ਕਰਦਾ। ਲੁਟੇਰਿਆਂ ਦੇ ਹੌਸਲੇ ਇੱਥੋਂ ਤੱਕ ਵੱਧ ਗਏ ਨੇ ਕਿ ਹੁਣ ਲੁਟੇਰੇ ਬੇਖੌਫ ਹੋ ਕੇ ਬਲਾਕ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਸਰਫਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਦਾਖਲ ਹੁੰਦੇ ਨੇ ਤੇ ਇੱਕ ਮਹਿਲਾ ਅਧਿਆਪਕ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਲੁੱਟ ਦੀ ਵਾਰਦਾਤ CCTV ਕੈਮਰਿਆਂ ਵਿੱਚ ਕੈਦ ਹੋਈ, ਜਿਸ ਵਿੱਚ ਲੁਟੇਰੇ ਦਾ ਚਿਹਰਾ ਸਾਫ਼ ਦਿਖਾਈ ਦੇ ਰਿਹਾ। ਇਸ ਸੰਬੰਧੀ ਸਕੂਲ ਦੀ ਮਹਿਲਾ ਅਧਿਆਪਕ ਗੁਰਬਖਸ਼ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲ 'ਚ ਹਾਫ਼ ਟਾਈਮ ਚੱਲ ਰਿਹਾ ਸੀ ਤੇ ਸਕੂਲ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਲੁਟੇਰਾ ਸਕੂਲ ਅੰਦਰ ਦਾਖਲ ਹੋਇਆ ਤੇ ਉਸਦਾ ਕੁਰਸੀ ਤੇ ਪਿਆ ਪਰਸ ਲੈ ਕੇ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਲੁੱਟ ਦੀ ਘਟਨਾ ਸੰਬੰਧੀ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਗੁਰਦਾਸਪੁਰ ਦੇ ਪਿੰਡ ਖੁਸ਼ੀਪੁਰ ਪੈਰੋ ਸ਼ਾਹ ਦੀ ਮਹਿਲਾ ਸਰਪੰਚ ਨੂੰ ਰਾਸ਼ਟਰਪਤੀ ਵੱਲੋਂ ਲੰਘੀ 4 ਮਾਰਚ ਨੂੰ ਦਿੱਲੀ ਵਿਖੇ ਸਵੱਛ ਸੂਜਲ ਸ਼ਕਤੀ ਸਨਮਾਨ 2023 ਦੇ ਕੇ ਸਨਮਾਨਿਤ ਕੀਤਾ ਗਿਆ। ਜਦੋਂ ਸਨਮਾਨ ਲੈਣ ਲਈ ਸਟੇਜ ਤੋਂ ਪਿੰਡ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਦਾ ਨਾਮ ਬੋਲਿਆ ਗਿਆ ਤਾਂ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਮਹਿਲਾ ਸਰਪੰਚ ਹਰਜਿੰਦਰ ਕੌਰ ਜਦੋਂ ਵਾਰਡ ਲੈ ਕੇ ਦਿੱਲੀ ਤੋਂ ਵਾਪਸ ਆਪਣੇ ਪਿੰਡ ਪਹੁੰਚੇ ਤਾਂ ਪੂਰੇ ਪਿੰਡ ਵੱਲੋਂ ਹਾਰਾਂ ਨਾਲ ਹਰਜਿੰਦਰ ਕੌਰ ਤੇ ਉਹਨਾਂ ਦੀ ਪੰਚਾਇਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਢੋਲ ਦੇ ਡਗੇ ਤੇ ਭੰਗੜੇ ਪਾ ਕੇ ਦਿਲ ਖੋਲ੍ਹ ਕੇ ਖੁਸ਼ੀ ਮਨਾਈ। ਫਿਰੋਜ਼ਪੁਰ ਦੇ ਪਿੰਡ ਵਾਕੇਵਾਲਾ ਦੇ ਨਜ਼ਦੀਕ ਘੋੜੇ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਘੋੜੇ ਰੇੜੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਤੇ ਆਪਣੇ ਘੋੜੇ ਰੇੜੇ ਤੇ ਪਿੰਡ ਵਾਕੇਵਾਲੇ ਦੀ ਖੱਡ ਤੋਂ ਰੇਤਾ ਲੈ ਕੇ ਆ ਰਹੇ ਸੀ ਤਾਂ ਰਸਤੇ ਵਿੱਚ ਕੁਝ ਲੋਕਾਂ ਨੇ ਕਿਹਾ ਕਿ ਤੂੰ ਆਪਣਾ ਘੋੜਾ ਤੇਜ ਭਜਾ ਕੇ ਕਿਉਂ ਲਿਆ। ਇਸੇ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੋ ਗਿਆ ਤੇ ਇਸ ਦੌਰਾਨ ਸੋਨੂ ਤੇ ਬੌਬੀ ਨਾਮਕ ਨੌਜਵਾਨ ਉਸ ਨਾਲ ਹੱਥੋਂ ਪਾਈ ਤੇ ਉੱਤਰ ਆਏ, ਜਿੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਛਡਾ ਦਿੱਤਾ ਤੇ ਸਮਝਾ ਬੁਝਾ ਕੇ ਉਹਨਾਂ ਨੂੰ ਉੱਥੋਂ ਤੋਰਿਆ। ਪਰ ਇਸੇ ਰੰਜਿਸ਼ ਨੂੰ ਲੈ ਕੇ ਜਦੋਂ ਉਸਦਾ ਪਿਤਾ ਸਤਪਾਲ ਸਿੰਘ ਖੱਡ ਤੋਂ ਰੇੜਾ ਭਰ ਕੇ ਲਿਆ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਨੇ ਉਸਦੇ ਪਿਤਾ ਨੂੰ ਘੇਰ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਖੁਦ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਜਦੋਂ ਉਸਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਪੀੜਤ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਹੀ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ 'ਚ ਨਿੱਜੀ ਸਕੂਲ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ, ਜਿਸਦੀ ਤਾਜ਼ਾ ਮਿਸਾਲ ਕਸਬਾ ਕੋਟਲੀ ਸੂਰਤ ਮਲੀ 'ਚ ਦੇਖਣ ਨੂੰ ਮਿਲੀ। ਇਸ ਮੌਕੇ ਪਾਇਆ ਗਿਆ ਕਿ ਨਿੱਜੀ ਸਕੂਲ ਦਾ ਕਿਤਾਬ ਵਿਕਰੇਤਾ ਸਕੂਲੀ ਬੱਚਿਆਂ ਨੂੰ ਕਿਤਾਬਾਂ ਵੇਚਣ ਦੇ ਨਾਮ 'ਤੇ ਮਾਪਿਆਂ ਨੂੰ ਖੱਜਲ ਖੁਆਰ ਕਰ ਰਿਹਾ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਹਰ ਸਾਲ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਦੀਆਂ ਕਿਤਾਬਾਂ ਇੱਕ ਕਿਤਾਬ ਵਿਕਰੇਤਾ ਤੋਂ ਖਰੀਦਣ ਦੀਆਂ ਹਦਾਇਤਾਂ ਕੀਤੀਆਂ ਜਾਂਦੀਆਂ ਨੇ। ਸਕੂਲ ਪ੍ਰਬੰਧਕ ਜਿਸ ਵਿਅਕਤੀ ਪਾਸੋਂ ਕਿਤਾਬਾਂ ਖਰੀਦਣ ਲਈ ਭੇਜ ਰਹੇ ਨੇ ਉਹ ਵਿਅਕਤੀ ਸਕੂਲ ਵੱਲੋਂ ਰੱਖਿਆ ਹੋਇਆ ਤੇ ਉਹ ਸਾਨੂੰ ਕਿਤਾਬਾਂ ਦੀ ਖਰੀਦ ਸਮੇਂ ਖੱਜਲ ਖੁਆਰ ਕਰਨ ਦੇ ਨਾਲ ਵੱਡੀ ਲੁੱਟ ਕਰਦਾ ਹੈ। ਇਸ ਮੌਕੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿਤਾਬ ਵਿਕਰੇਤਾ ਤੇ ਬਣਦੀ ਕਾਰਵਾਈ ਕੀਤੀ ਜਾਵੇ। ਧੂਰੀ ਵਿਖੇ ਸੀਨੀਅਰ ਸਿਵਲ ਜੱਜ ਮੈਡਮ ਨੇਹਾ ਗੋਇਲ ਦੀ ਪ੍ਰਧਾਨਗੀ ਹੇਠ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਕੀਲ ਔਰਤਾਂ ਦੀ ਤਰਫੋਂ ਅਦਾਲਤ ਵੱਲੋਂ ਲੜਕੀਆਂ ਨੂੰ ਖੁਸ਼ ਰਹਿਣ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਦੀ ਤਰਫੋਂ ਵੀ ਆਏ ਗਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਬੱਚਿਆਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਲੁਧਿਆਣਾ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਚੋਰਾਂ ਵੱਲੋਂ ਸੋਨੇ ਚਾਂਦੀ ਨਹੀਂ ਬੂਟੇ ਚੋਰੀ ਕੀਤੇ ਗਏ ਨੇ। ਬੂਟੇ ਜੋ ਕਿ ਗੁਰਦੁਆਰਾ ਸਾਹਿਬ ਕਰਨੈਲ ਸਿੰਘ ਨਗਰ ਦੇ ਬਾਹਰ ਲਗਾਏ ਗਏ ਸਨ, ਉਹ ਚੋਰਾਂ ਵੱਲੋਂ ਚੋਰੀ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੀਆਂ ਤਸਵੀਰਾਂ CCTV ਕੈਮਰੇ ਵਿੱਚ ਕੈਦ ਹੋਈਆਂ ਨੇ। ਇਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੰਸਬ ਵਿਭਾਗ ਵਿੱਚ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਸੰਬੰਧੀ ਕੀਤੇ ਗਏ ਫੈਸਲੇ ਵਿਰੁੱਧ ਪੰਸਬ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਭਾਰੀ ਰੋਸ ਜਤਾਉਂਦੇ ਹੋਏ ਤੁਗਲਕੀ ਫਰਮਾਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਹ ਮਿੱਥੇ ਸਮੇਂ ਲਈ ਹੜਤਾਲ ਤੇ ਰਹਿਣ।
लुधियाना पुलिस ने एक बड़ी कामयाबी मिली है जिस विच साइबर सेल की मदद नाल लुधियाना पुलिस ने सेंट्रल कमांडेंट ते डिप्टी कमांडेंट बनने का झांसा देने वाले दोषी नूं काबू किया। दोषी पंकज सूरी तो की गई जांच में सामने आया कि सब का मास्टरमाइंड अविलोक विराज जो संगरूर जेल में बंद है जो कि जेल के अंदर रैकेट चला रहा है। दोषी ने फर्जी फौजी अफसर बन के ऑनलाइन वलंटियर तो फार्म भरवा के बैंक में ऑनलाइन रुपए कढ़वा के सैकड़े लोगों नाल ठगी मारी है। हुण तक सैकड़े लोग इसकी ठगी का शिकार हो चुके हैं। लुधियाना पुलिस के साइबर सैल की मदद नाल इस घोटाले का पर्दाफाश किया गया। हुण नजर मारदे हां अज दे मौसम दे हाल दी वल। इस नाल ही खबरों का सिलसिला इतने समाप्त होंदे। नवीं ते ताज़ा खबरों के नाल फिर हाजिर होवांगे। तद तक लई दिओ इजाजत। धन्यवाद।